ਸਾਧ ਸੰਗਤ ਲਈ ਸਿੱਧੂ ਮੂਸੇਵਾਲੇ ਨੇ ਆਪਣੇ ਐਕਸਕਲੂਸਿਵ ਇੰਟਰਵਿਊ ਵਿੱਚ ਦੱਸਿਆ ਸੀ ਕਿ ਐਮਐਲਏ ਬਣਨ ਦਾ ਉਸ ਨੂੰ ਕੋਈ ਲਾਲਚ ਨਹੀਂ ਸੀ ਅਤੇ ਸਿੱਧੂ ਨੇ ਇਹ ਗੱਲ ਵੀ ਕਹੀ ਕਿ ਉਸ ਨੂੰ ਲੋਕਾਂ ਦੇ ਦੁਆਰਾ ਟ੍ਰੋਲ ਕਰਨਾ ਬੰਦ ਕਰਨਾ ਚਾਹੀਦਾ ਹੈ। ਸਿੱਧੂ ਮੂਸੇਵਾਲੇ ਦੀ ਫੁੱਲ ਵੀਡੀਓ ਦੇਖਣ ਤੋਂ ਪਹਿਲਾਂ ਛੇਤੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਤੁਹਾਡੇ ਆਪਣੇ ਖਾਸ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤੇ ਆਓ ਤੁਹਾਨੂੰ ਦੱਸਦਾ ਕਿ ਸਿੱਧੂ ਮੂਸੇਵਾਲੇ ਨੇ ਕੀ ਕਿਹਾ। ਕਿੱਥੇ ਰਹਿੰਦੇ ਹੋ ਤੁਸੀਂ ਯਾਰ? ਹੈ ਠੀਕ ਹੈ ਨਾ, ਕਿੱਧਰੋਂ ਕਿੱਧਰੋਂ ਗੱਲਾਂ ਲਿਆਉਣਾ ਤੁਸੀਂ? ਵੋਟਾਂ ਤੋਂ ਬਾਅਦ ਮਿਲਣੇ, ਵੋਟਾਂ ਤੋਂ ਪਹਿਲਾਂ ਵੀ ਇੱਥੇ ਜੀ ਅਸੀਂ। ਹਾਂ, ਕਾਫੀ ਬੰਦੇ ਨੇ ਇਹੋ ਜਿਹੇ ਕਮੈਂਟ ਕੀਤੇ ਸੀਗੇ ਵੀ ਇਹਨਾਂ ਐਮਐਲਏ ਤਾਂ ਪਤਾ ਵਾਹਿਗੁਰੂ ਕੀ ਕੀਤੇ ਕਿਰਪਾ ਕਰੂਗਾ, ਪਰ ਮੈਂ ਤੁਹਾਨੂੰ ਇਹ ਕਹਿੰਦਾ ਮੈਂ ਐਮਐਲਏ ਉਮਲੇ ਦਾ ਆਪਾਂ ਨੂੰ ਕੋਈ ਲਾਲਚ ਨਹੀਂ। ਇਹੋ ਜਿਹੀਆਂ ਪੀਕੇਦਾਰ ਜਿਹੜੀਆਂ ਗੱਲਾਂ ਨਾ ਕਰਿਆ ਕਰੋ ਮੇਰਾ ਵੀਰ, ਪਿਆਰ ਮੁਹੱਬਤ ਨਾਲ ਰਹੋ, ਠੀਕ ਹੈ? ਇਹੋ ਜਿਹੀਆਂ ਨਫ਼ਰਤਬਾਜ਼ੀ ਵਾਲੀਆਂ ਗੱਲਾਂ ਉਹ ਆਏ ਨਹੀਂ, ਅੱਜ ਉਹਨੂੰ ਤੁਸੀਂ ਮੈਥੋਂ ਕਹਿ ਲੈਣਾ, ਆਪਦਾ ਕੰਮ ਕਰੋ, ਰੋਟੀ ਪਾਣੀ ਛਕੋ, ਉਹਦਾ ਦੇਖ ਲਈ ਆਪਦੀ ਜ਼ਿੰਦਗੀ ਹੈ, ਜਿੱਥੇ ਜਾਣਾ ਪਿਆ ਉਹਨੂੰ ਜਾਣਾ ਵੀ ਪਊ, ਜਿਹਨੇ ਰਹਿਣਾ ਉਹ ਰਹਿਣਾ ਵੀ ਪਊ, ਠੀਕ ਹੈ? ਇਹੋ ਜਿਹੇ ਕੰਮਾਂ ਤੋਂ ਗਰੇਜ਼ ਕਰਿਆ ਕਰੋ, ਆਪਦਾ ਸ਼ਾਂਤੀ ਨਾਲ ਆਪਦਾ ਕੰਮ ਕਰੋ, ਵਾਹਿਗੁਰੂ ਦਾ ਨਾਂ ਲਓ, ਲੜਾਈਆਂ ਝਗੜਿਆਂ 'ਚ ਨਫ਼ਰਤਬਾਜ਼ੀ 'ਚ ਚੁਗਲੀਆਂ ਕੁੜੀਆਂ 'ਚ ਕੁਛ ਨਹੀਂ ਦਿੱਤਾ, ਹੈ ਨਾ? ਸਾਰਿਆਂ ਨੂੰ ਪਿਆਰ ਕਰਦੇ ਹਾਂ, ਸਾਰਿਆਂ ਨੂੰ ਸਤਿਕਾਰ ਕਰਦੇ ਹਾਂ, ਇਹ ਕੰਮ ਨਾ ਕਰਿਆ, ਕੋਈ ਚੱਕਰ ਨਹੀਂ ਭਾਈ, ਡਾਊਟ ਬਾਕੀ ਜਿਹਨੇ ਮਿਲਣਾ ਉਹੀ ਹੁੰਦਾ ਮੈਂ ਜਦੋਂ ਮਰਜ਼ੀ। ਸਤਿ ਸ਼੍ਰੀ ਅਕਾਲ ਜੀ, ਆ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਸਿੱਧੂ ਵੋਟਾਂ ਤੋਂ ਬਾਅਦ ਮਿਲਣਾ ਨਹੀਂ, ਆ ਖੜਿਆ ਜਬਾਈ ਨਾਲ, ਕਿਉਂ ਬਾਈ ਜੀ? ਕਿੱਥੇ ਰਹਿੰਦੇ ਹੋ ਤੁਸੀਂ ਯਾਰ? ਹੈ ਠੀਕ ਹੈ ਨਾ, ਕਿੱਧਰੋਂ ਕਿੱਧਰੋਂ ਗੱਲਾਂ ਲਿਆਉਣਾ ਤੁਸੀਂ? ਵੋਟਾਂ ਤੋਂ ਬਾਅਦ ਮਿਲਣੇ, ਵੋਟਾਂ ਤੋਂ ਪਹਿਲਾਂ ਵੀ ਜੀ ਇਹ ਵੀਡੀਓ ਉੱਥੇ ਮੁੱਕਦੀ ਹੈ, ਜਾਂ ਜਾਂਦੇ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਤੁਹਾਡੇ ਆਪਣੇ ਖਾਲਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।